ਉਦੋਂ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਨੂ ਮਾਜਰਾ ਦੇ ਵੱਲੋਂ ਭਗਵੰਤ ਮਾਨ ਨੂੰ ਨਸ਼ਾ ਚੁਡਾਓ ਕੇਂਦਰ ਦੇ ਵਿੱਚ ਭੇਜਣ ਦੇ ਲਈ ਸਪੀਕਰ ਨੂੰ ਚਿੱਠੀ ਲਿਖੀ ਗਈ ਹੈ ਤੇ ਆਮ ਆਦਮੀ ਪਾਰਟੀ ਨੇ ਕਰਾ ਜਵਾਬ ਦਿੱਤਾ ਹੈ ਆਪ ਦਾ ਕਹਿਣਾ ਹੈ ਕਿ ਅਕਾਲੀ ਦਲ ਇਸ ਤੇ ਸਿਆਸਤ ਕਰ ਰਿਹਾ ਹੈ ਸਾਡੀ ਕੁਜ਼ੀ ਰਾਇ ਸੀ ਸਾਰਿਆਂ ਨੇ ਵੀ ਇਹ ਮੰਗ ਕੀਤੀ ਸੀ ਵੀ ਇਹ ਜਿਹੜਾ ਆਪਣਾ ਹ ਹ ਪਤਵਾਰ ਉਹਨਾਂ ਨੂੰ ਜਰੂਰ ਮਤਲਬ ਇਹਦਾ ਇਲਾਜ ਜਿਹੜਾ ਹੈ ਕਈ ਵਾਰੀ ਬੰਦਾ ਹੈਬਚੁਅਲ ਹੋ ਜਾਂਦਾ ਅਲਕੋਹਲਿਕ ਹੋ ਜਾਂਦਾ ਤੇ ਉਹ ਉਹਦਾ ਜੋ ਖਰਚਾ ਪਵੇਂ ਸੰਸਦ ਨੂੰ ਉਠਾਉਣਾ ਪਵੇ ਤਾਂ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਕੁਦਰਤੀ ਤੌਰ ਤੇ ਕਸਟੋਡੀਅਨ ਆਫ ਦੀ ਹਾਊਸ ਬੀਇੰਗ ਅ ਕਸਟੋਡੀਅਨ ਆਫ ਦੀ ਹਾਊਸ ਵੀ ਕਰਦੀ ਮੈਡਮ ਵੀ ਇਹ ਮੈਂ ਸਮਝਦਾ 21 ਉਹਦੀ ਡਿਊਟੀ ਬਣ ਜਾਂਦੀ ਹੈ ਐਡੇ ਜ਼ਿੰਮੇਵਾਰ ਹੋਦਿਆਂ ਤੇ ਇਲੈਕਟ ਹੋ ਕੇ ਮੈਂਬਰ ਪਾਰਲੀਮੈਂਟ ਇੱਕ ਡਰਾਮੇ ਬਾਜ਼ੀ ਕਰ ਰਹੇ ਨੇ ਇੱਕ ਮਜ਼ਾਕ ਜਿਹਾ ਉਡਾ ਰਹੇ ਨੇ ਆਪਣਾ ਵੀ ਉਡਾ ਰਹੇ ਨੇ ਸੰਸਦ ਦਾ ਵੀ ਉਡਾ ਰਹੇ ਨੇ ਔਰ ਜਿੱਥੋਂ ਤਾਈਂ ਰਹਿ ਗਈ ਗੱਲ ਭਗਵੰਤ ਮਾਨ ਦੀ ਭਗਵੰਤ ਮਾਨ ਤਾਂ ਖੁਦ ਚੈਲੰਜ ਕਰ ਚੁੱਕੇ ਨੇ ਕਿ ਤੁਸੀਂ ਐਂ ਕਰੋ ਫਿਰ ਇੱਕ ਡੋਪ ਟੈਸਟ ਦੀ ਮਸ਼ੀਨ ਲਾ ਦਿਓ ਪਾਰਲੀਮੈਂਟ ਦੇ ਬਾਹਰ ਤੇ 545 ਦਾ ਟੈਸਟ ਹੋ ਲੈਣ ਦਿਓ ਫਿਰ ਕੱਲਾ ਭਗਵੰਤ ਮਾਨ ਨੂੰ ਕੋਈ ਸਿੰਗਲ ਆਊਟ ਕੀਤਾ ਜਾ ਰਿਹਾ ਸਿਰਫ ਇਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਦੀ ਨੈਸ਼ਨਲ ਲੈਵਲ ਤੇ ਤੇ ਪੰਜਾਬ ਤੇ ਅਫਸਰਜ ਸਾਰੀਆਂ ਪਾਰਟੀਆਂ ਘਬਰਾਈਆਂ ਪਈਆਂ ਪਰਚੇ ਵੀ ਦਰਜ ਕੀ ਜਾਂਦੇ ਨੇ